ਸੋ ਬਹੁਤ ਲੋਕ ਕਹਿ ਰਹੇ ਨੇ ਜੇ ਕਰਨ ਔਜਲੇ ਦੀ ਐਲਬਮ ਬਹੇਟਾ ਤਾਂ ਉਸਦੇ ਵੀਡੀਓਜ਼ ਦੇ ਉੱਤੇ ਉਸਦੇ ਸੌਂਗਸ ਦੇ ਉੱਤੇ ਵਿਊਜ਼ ਘਟ ਗਏ ਹੋਣੇ ਕੰਪੈਰੀਟਿਵਲੀ ਜੇ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਟੇਪ ਦੇ ਨਾਲ ਤਾਂ ਡੈਫੀਨੇਟਲੀ ਕਰਨ ਔਜਲੇ ਦੀ ਐਲਬਮ ਦੇ ਵਿਊਜ਼ ਘਟਨੇ ਉਸਦੇ ਦੋ ਦਿਨ ਕਾਰਨ ਨੇ ਜਿਹੜੇ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਐਕਸਪਲੇਨ ਕਰੂੰਗਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਆਪਾਂ ਕਲੀਅਰ ਦੇਖ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਆਡੀਓ ਦੇ ਉੱਤੇ ਵੀ ਤਕਰੀਬਨ 66 ਮਿਲੀਅਨ ਤੀਕਰ ਵਿਊਜ਼ ਗਏ ਆ ਜਿਹੜੀ ਤੇ ਦੀਸਡੇ ਗਾਣੇ ਅਰੋਮਾ ਗਾਣਾ ਹੋ ਗਿਆ ਜਾਂ ਜੋ ਜਿੰਨੇ ਵੀ ਆਡੀਓ ਗਾਣੇ ਕੱਢੇ ਉਹਨਾਂ ਦੀ ਰੀਚ ਵੀ ਕਾਫੀ ਹੈ ਜਾਨੀ ਕਿ 10 ਮਿਲੀਅਨ ਕਿਸੇ ਦੇ 33 ਮਿਲੀਅਨ ਸੋ ਇਦਾਂ ਸਭ ਕਿਉਂ ਹੋਇਆ ਇਸ ਦਾ ਸਭ ਤੋਂ ਵੱਡਾ ਫੈਕਟਰ ਹੈਗਾ ਆਡੀਅנס ਕਰਨ ਔਜਲੇ ਨੇ ਆਪਣੀ ਐਲਬਮ ਪੰਜਾਬੀ ਆਡੀਅנס ਨੂੰ ਟਾਰਗੇਟ ਕਰਕੇ ਬਣਾਈਆਂ ਮਤਲਬ ਟ੍ਰੈਡੀਸ਼ਨਲ ਫੋਕ Song ਉਸ ਦੇ ਵਿੱਚ ਉਸ ਨੇ ਐਡ ਕੀਤੇ ਆ ਤੂੰ ਵੀ ਢੋਲ ਜਿਹੜੇ ਨਾਨ ਪੰਜਾਬੀ ਲੋਕ ਨੇ ਉਹਨਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਲੱਗਦੀਆਂ ਜਾਂ ਉਹਨਾਂ ਨੂੰ ਇਹ ਮਿਊਜ਼ਿਕ ਵਧੀਆ ਨਹੀਂ ਲੱਗਦਾ ਇਸੇ ਕਰਕੇ ਜਿਹੜੀ ਕਰਨ ਔਜਲੇ ਦੀ ਆਡੀਅנס ਆ ਉਹ ਮੋਸਟਲੀ ਪੰਜਾਬੀ ਆਡੀਅנס ਹੈ ਇੱਥੇ ਹੁਣ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤਾਂ ਸਿੱਧੂ ਮੂਸੇਵਾਲੇ ਨੂੰ ਪੰਜਾਬ ਤੋਂ ਬਾਹਰ ਵੀ ਲੋਕ ਸੁਣਦੇ ਨੇ ਹਾਲਾਗੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਨਾ ਕਿ ਜੇ ਮੰਨ ਲਓ ਤੁਸੀਂ ਕਿਤੇ ਪਬਜੀ ਖੇਡ ਰਹੇ ਹੋ ਤਾਂ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਤਾਂ ਉਹ ਦੱਸ ਦੂਗਾ ਕਿ ਹਾਂ ਸਿੱਧੂ ਮੂਸੇਵਾਲਾ ਕੋਈ ਸਿੰਗਰ ਆ ਪੰਜਾਬ ਦੇ ਵਿੱਚ ਸੋ ਡੈਫੀਨਿਟਲੀ ਪੰਜਾਬ ਤੋਂ ਬਾਹਰ ਵੀ ਉਸ ਨੂੰ ਸੁਣਨ ਵਾਲੇ ਹੈਗੇ ਨੇ ਸੋ ਗੱਲ ਬੜੀ ਸਾਫ਼ ਆ ਕਿ ਕਰਨ ਔਜਲੇ ਨੇ ਆਪਣੀ ਆਡੀਅנס ਬਣਾਈ ਆ ਪੰਜਾਬੀ ਆਡੀਅנס ਤੇ ਸਿੱਧੂ ਮੂਸੇਵਾਲੇ ਦੀ ਆਡੀਅנס ਪੰਜਾਬ ਤੋਂ ਬਾਹਰ ਦੀ ਵੀ ਆ ਸੋ ਦੂਜਾ ਫੈਕਟ ਮੈਂ ਤੁਹਾਨੂੰ ਇੱਥੇ ਦੱਸਾਂ ਸਿੱਧੂ ਮੂਸੇਵਾਲੇ ਨੇ ਆਪਣੀ ਐਲਬਮ 1 ਬਾਈ 1 Song ਕਰਕੇ ਰਿਲੀਜ਼ ਕੀਤੀ ਆ ਜਾਨੀ ਕਿ ਇੱਕ Song ਦੇ ਵਿੱਚ 2-3 ਦਿਨ ਦਾ ਗੈਪ ਹੁੰਦਾ ਸੀਗਾ ਜਿਸ ਦੇ ਨਾਲ ਰੀਚ ਹੋਰ ਵੱਡੀ ਤੇ ਵਿਊਜ਼ ਹੋਰ ਜ਼ਿਆਦਾ ਏ ਹਾਲਾਂਕਿ ਕਰਨ ਔਜਲੇ ਦੀ ਐਲਬਮ ਫਿਲਹਾਲ ਦੇ ਵਿੱਚ ਹੀ ਆਈ ਆ ਤਾਂ ਹੌਲੀ-ਹੌਲੀ ਵਿਊਜ਼ ਕਰਨ ਔਜਲੇ ਦੀ ਐਲਬਮ ਦੇ ਵੀ ਵਧਣਗੇ ਸੋ ਇਹ ਹੀ ਦੋ ਤਿੰਨ ਚੀਜ਼ਾਂ ਸੀਗੀਆਂ ਜੀਹਦਾ ਕਰਕੇ ਆਪਾਂ ਨੂੰ ਵਿਊਜ਼ ਦੇ ਵਿੱਚ ਫਰਕ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਰਹਿੰਦੇ ਨੇ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਨੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉਹਨਾਂ ਨੂੰ ਕਰਨ ਔਜਲੇ ਦੇ ਗਾਣੇ ਪਸੰਦ ਆ ਤੋ ਇਹ ਸੀਗੀ ਵੀਡੀਓ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ